मजदूर दिहाड़ीदार मजदूर जो फुफड़ है ਉਹ ਦਿਹਾੜੀਦਾਰ ਮਜ਼ਦੂਰੀ ਵਿਚਾਰਾ ਕਰਕੇ ਤੇ ਆਪਣੇ ਪਾਏ ਹੱਥ ਕੁੜੀ ਦੇ ਨਾਲ ਅੰਦਰੋਂ ਨਾ ਮੀਡੀਆ ਪੱਤਰਕਾਰ ਭਾਈਚਾਰੇ ਨੂੰ ਇੱਕ ਮੰਗ ਕਰਦੇ ਆ ਕਿ ਉੱਥੇ ਜਾ ਕੇ ਅੰਦਰ ਕੁੜੀ ਦੇ ਸਾਰੇ ਨਿਸ਼ਾਨ ਚੱਕ ਕੀਤੇ ਜਾਣ ਕਿ ਕੁੜੀ ਦੇ ਨਾਲ ਕੀ ਹੋਇਆ देख सकते हो कि इस हालात च भी नहीं है कि कुछ गल भी साझी कर सकन। फिलहाल तुम देख सकते कि हाल बहुत मंदे ने, तो हुण पुलिस जेकर कोई एक्शन नहीं लेंदी जां पुलिस जल्द तो जल्द मामला दर्ज करके उन्होंने हिरासत में लेता फिर जो जांच में सामने आता है वो उस हिसाब के जी कार्रवाई वो की जाए। पुलिस अधिकारियों वालों की कार्रवाई हुण तक की गई है वो असं जरूर जानने की कोशिश करेंगे। फिलहाल तुम देख सकते कि माता जी जिहड़े ने वो बेहोश हो चुके हैं। अज इस परिवार की धी जी है सदा वास्ते विछोड़ा जी चली गई है, तो देखने पुलिस हुण कदों तक अपनी कार्रवाई जी अमल च लैंदी है। पुलिस अधिकारी मौजूद ने भाजी मामला दर्ज है, घटना वापरी है, तो अच्छी कार्रवाई की है। जो कुड़ी व्याई मेरे को दाज दी मांग कर दी सस ਇਹਦੀ ਨਾਨ ਦਾ ਦਿਓਰ ਇਹਦੀਆਂ ਮਾਸੀਆਂ ਸੱਸਾਂ ਦਾ ਘਰ ਵਾਲਾ ਇਹਨੂੰ ਬੜਾ ਮਾਰਦਾ ਕੁੱਟਦਾ ਸੀ ਸ਼ੁਰੂ ਤੋਂ ਹੀ। ਕਿਹੜੀ ਜਗ੍ਹਾ ਲਈ? ਹਰੀਪੁਰੇ ਵਿੱਚ ਵਿਆਹੀ ਦੀ ਸੀ। ਕੀ ਨਾਂ ਸੀ ਉਹਨਾਂ ਦਾ ਜਿੱਥੇ ਵਿਆਹੀ? ਉਹਦਾ ਨਾਂ ਸ਼ੰਮੀ ਕੁਮਾਰ ਸੀ। ਉਹਨਾਂ ਦੇ ਹਸਬੰਡ ਦਾ? ਹਾਂਜੀ। ਤੁਹਾਡੀ ਬੇਟੀ ਦਾ ਨਾਮ? ਸ਼ੀਤਲ। ਕੀ ਗੱਲ ਹੋਈ ਪ੍ਰੋਬਲਮ? ਮੈਂ ਕਹਿੰਦੇ ਸੀ ਕਿ ਸਾਨੂੰ ਟੋਪਸ ਪਾਓ, ਅੱਜ ਤੋਂ 2 ਮਹੀਨੇ ਪਹਿਲਾਂ ਵੀ ਲੜਾਈ ਝਗੜਾ ਕਰਕੇ ਮਾਰ ਕੁੱਟ ਕੇ ਇਹਨਾਂ ਨੇ ਕੱਢਤਾ ਵਾ। ਫਿਰ ਇਹਨਾਂ ਨੇ ਸਮਝੌਤੇ ਕੀਤੇ ਸਾਡੇ ਨਾਲ, ਸਮਝੌਤੇ ਕਰਕੇ ਬੰਦੇ ਪਾ ਕੇ ਕੁੜੀ ਨੂੰ ਲੈ ਗਏ ਪਿਆਰ ਨਾਲ। ਹੁਣ ਉਹਨਾਂ ਨੇ ਪਤਾ ਨਹੀਂ ਕੀ ਕੀਤਾ, ਮੈਨੂੰ ਕੁਛ ਨਹੀਂ ਦੱਸਦੇ, ਘਰੋਂ ਭੱਜ ਗਏ ਕੁੜੀ ਨੂੰ ਮਾਰ ਕੇ। ਮੈਨੂੰ ਨਹੀਂ ਪਤਾ ਲੱਗਦਾ ਮੈਂ ਕੁੜੀ ਨੂੰ ਲੈ ਕੇ ਕਿੱਥੇ ਖੱਜਲ ਹੋਵਾਂ। ਮੈਨੂੰ ਮੰਗ ਚਾਹੀਦੀ ਮੇਰੀ ਧੀ ਨਾਲ ਇਨਸਾਫ ਹੋ ਜਾਏ, ਦੋਸ਼ੀਆਂ ਨੂੰ ਸਜ਼ਾ ਦਵਾਓ। ਮੈਂ ਇਹੋ ਹੀ ਮੰਗ ਕਰਨੀ ਹਾਂ, ਜਿਸ ਤਰ੍ਹਾਂ ਮੇਰੀ ਕੁੜੀ ਮਰੀ ਹੈ ਵੀ ਮਰ ਜਾਣ। ਮੈਨੂੰ ਨਹੀਂ ਕੁਛ ਦੱਸਿਆ ਡਾਕਟਰਾਂ ਨੇ, ਡਾਕਟਰ ਨਾਲ ਰਲਿਆ ਏ, ਮੈਨੂੰ ਕੁੜੀ ਨੂੰ ਵੇਖਣ ਨਹੀਂ ਦਿੱਤਾ 4 ਦਿਨ ਇਹਨਾਂ ਨੇ। ਜਿੰਨੇ ਦਿਨ ਮੈਂ ਜਾਂਦੀ ਹਾਂ ਸਾਰਾ ਕੁਛ ਕਰਵਾਇਆ ਹੈ, ਮੇਰੀ ਕਿਸੇ ਪਾਸੇ ਨਹੀਂ ਸੁਣਾਈ ਹੋਈ। ਮੇਰੀ ਕੁੜੀ ਚੰਗੀ ਪੜ੍ਹੀ ਪੜ੍ਹੀ ਲਿਖੀ ਇਹਨਾਂ ਨੇ ਰੋਲ ਛੱਡੀ ਏ, ਅਜੇ 2 ਸਾਲ ਹੋਏ ਨੇ। ਨਿੱਕਾ ਜਿਹਾ ਮੁੰਡਾ ਏ ਉਹਦਾ, ਇਹਨਾਂ ਨੂੰ ਤਰਸ ਨਹੀਂ ਆਇਆ ਮਾਰਨ ਲੱਗਿਆ। ਅਸੀਂ ਕੀ ਕੀਤਾ ਏ ਕੁੜੀ ਨੂੰ ਫੜੀਆਂ, ਪੁਲਿਸ ਵਾਲੇ ਮੇਰੇ ਨਾਲ ਇਨਸਾਫ ਕਰਾਉਣ, ਉਹਨਾਂ ਨੂੰ ਸਾਰੇ ਟੱਬਰ ਨੂੰ ਫਾ ਲਾਉਣ, ਉਹਨੂੰ ਚੁੱਕ ਕੇ ਲਿਆਉਣ, ਇਹਨਾਂ ਨੂੰ ਕੋਈ ਨਹੀਂ ਲੱਭਦਾ ਉੱਥੇ। ਮੇਰਾ ਨਾਂ ਵਿਜੇ ਕੁਮਾਰ ਜੀ, ਕਾਮਰੇਡ। ਵੇਖੋ ਜੀ, ਇਹਨਾਂ ਨੇ ਮੈਂ ਕਈ ਵਾਰੀ ਇਹਨਾਂ ਨੇ ਮੇਰੀ ਧੀ ਨੂੰ, ਮੇਰੀ ਸਿਸਟਰ ਨੂੰ ਟਾਰਚਰ ਕੀਤਾ। ਇਹਦੇ ਸੰਬੰਧ ਦੇ ਵਿੱਚ ਮੈਂ ਕਈ ਵਾਰੀ ਦਰਖਾਸਤਾਂ ਦਿੱਤੀਆਂ, ਦਰਖਾਸਤਾਂ ਦੇਣ ਦੇ ਬਾਵਜੂਦ ਵੀ ਇਹਨਾਂ ਨੇ ਮੇਰੇ ਨਾਲ ਕਈ ਵਾਰੀ, ਮੇਰੇ ਭੂਆ ਜੀ ਦੇ ਨਾਲ, ਪਰਿਵਾਰ ਦੇ ਨਾਲ ਕਈ ਵਾਰੀ ਕੋਪਰੇਟ ਕੀਤਾ। ਕੋਪਰੇਟ ਕਰਕੇ ਅਤੇ ਅਸੀਂ ਕੁੜੀ ਭੇਜ ਦਿੰਦੇ ਰਹੇ ਹਾਂ। ਅੱਜ ਕੰਜਕਾਂ ਵਾਲਾ ਦਿਨ 29 ਤਰੀਕ ਨੂੰ ਇਹਨਾਂ ਨੇ ਪਤਾ ਨਹੀਂ ਕੀ ਕੀਤਾ ਕੀ ਨਹੀਂ ਕੀਤਾ ਹੈਗਾ, ਬਿਨਾਂ ਇਨਫੋਰਮੇਸ਼ਨ ਤੋਂ, ਬਿਨਾਂ ਪੁਲਿਸ ਦੀ ਤਲਾਹ ਤੋਂ ਇਹ ਪ੍ਰਾਈਵੇਟ ਹੋਸਪਿਟਲਾਂ ਦੇ ਵਿੱਚ ਲੈ ਕੇ ਭੱਜਦੇ ਰਹੇ, ਕਿ ਜੋ ਕਿ ਇੱਥੇ ਸਰਕਾਰੀ ਹੋਸਪਿਟਲ ਦਾ ਜੋ ਬੰਦਾ ਸੀ, ਇਹਨਾਂ ਨੇ ਉਹਨਾਂ ਨੂੰ ਕੋਈ ਸਰਕਾਰੀ ਤਲਾਹ ਨਹੀਂ ਦਿੱਤੀ ਹੈਗੀ। ਕੋਈ ਤਲਾਹ ਦੇਣ ਦੇ ਨਾ ਦੇਣ ਦੇ ਬਾਵਜੂਦ ਵੀ ਇਹਨਾਂ ਨੇ ਕਦੀ ਮਹਾਜਨ ਦੇ
कभी बाजवा हॉस्पिटल लैके गए, अज कंजक वाला दिन है, अज कंजक वाले दिन के रात को 30 तरीक वाले दिन रात को हमारी कुड़ी की डेड बॉडी है जी सिविल हॉस्पिटल भेज दी। कंजक वाले दिन सानू बॉडी देती है। मैं सारे समाज दियां जथेबंदियां नू सारियां भैणां नू मैं एक मंग करदा वां वी अज आ जिहड़ी धी दे नाल हत्याचार होया वे इहनां नू रोकण दे संबंध दे विच सारियां जथेबंदियां इस कुड़ी दी हैल्प वास्ते खड़ियां, परिवार दे नाल खड़े ना मोढे नाल मोढा जोड़ के खड़े होण। एक लड़की जी शीतल लड़की है जी, वाइफ ऑफ शमी कुमार, वड्डा हरिपुरे रहने वाली सी, इहदी शादी होई 2 साल पहलां। इहनूं घर दे तंग परेशान करदे सीगे जी, तंग परेशान करदे मतलब इन्हें इन्हों तंग हो के इन्हों के मुताबिक वो मुताबिक उन्होंने मुताबिक है भी उन्हें सुसाइड अटैम्प्ट की लमक के, पर इन्हों मुताबिक उन्होंने मारा गया जी। असी संबंध में 304B का परचा देता जी, 304B एंड 120B 7 जने का परचा दर्ज करता जी। जदका तो होया नहीं अज तक, असी करता बाकी इनवैसटीगेशन जोड़ा जोड़ा भी है वा वो दसाया जाऊगा, पूरा इंसाफ दवाया जाएगा जी। वह हसबैंड मैं गिरफ्तार कर लिया जी, उसकी अरेस्ट पा दूंगा जी। बाकी घर के जिते भी आने जिन्ना चेर उन्होंने घर जिंदरे वजे रहने भजे रहने जिन्हें गिरफ्तार नहीं होंगे जी, ये मेरा वादा है जी। ठीक है।